ओए हो आ पिछले पार है अभी इधर चार गया मैं ता ए बा उन्हें पे आके लम्मा हो गया चलना नहीं है उन्हें दूसरी पार्टी आके उससे खड़ी हो सिबू है थे ओए हो सलाह कर तभी इसी कोई नहीं तेरे प्योर और बोलने दी चावल धोती हो या वो नांदा फोन आया इधर यम दे पहनो ਇਹਦਾ ਉਹ ਕੋਕ ਕਿਉਂ ਬੋਲਦਾ ਪਿਆ ਨਾ ਉਹ ਕੋਕ ਨਾ ਕਰਿਆ ਪਿਛਲੇ ਪਾਰੇ ਸ਼ਾਦੀ ਉੱਤੇ ਤੈਨੂੰ ਬੜਾ ਚਾਹ ਚੜਿਆ ਹੋਇਆ ਮੈਂ ਪਰਨੀਨਾ ਮੈਂ ਪਰਨੀਨਾ ਤੇ ਮੈਨੂੰ ਪਤਾ ਹੈ ਵੀ ਇਹ ਮੁਸੀਬਤ ਮੇਰੇ ਗਾਲ ਪਾਇ ਵਈ ਸੀ ਤੈ ਮੇਰਾ ਪਰਨੀਨਾ ਮੈਂ ਆ ਤੇ ਤੂੰ ਆ ਪਰਨੀ ਗਿਆ ਵਾਹ ਪਰਨੀ ਕੇ ਤੇਰੇ ਜੋੜ ਆਇਓ ਉਹ ਜੋੜ ਤਾਂ ਮੇਰਾ ਆਈ ਜੋੜ ਨਹੀਂ ਆ ਉਮਰ ਤਾਂ ਹੈ ਨਾ ਮੇਰੀ ਉਮਰ ਆਈ ਤਾਂ ਤੇਰੇ ਮਰਨਾ ਘੜ ਲੈਣਾ ਮੈਂ ਜ਼ਲੀਲਾ ਹੁਣ ਮੈਂ ਜ਼ਲੀਲ ਹੋ ਗਿਆ ਸਿੱਧੀ ਗੱਲ ਨੂੰ ਤਾਂ ਜ ਹੈ ਨਹੀਂ ਮਰਚਾ ਮਰਚਾ ਮੈਂ ਪਿਛਲੇ ਪਾਰ ਖੱਜਲ ਖੁਆਰ ਹੋਇਆ ਖਰਾ ਮੈਂ ਤਾਂ ਅਜ਼ਾਬ ਹੀ ਪੈ ਗਿਆ ਬਾਕੀ ਇਹ ਪਰਨੀ ਕੇ ਹਾਂ ਤੇ ਚੰਗਾ ਆਪ ਦੀ ਕੀਤੀ ਚਾਹ ਹੁਣ ਕੀਤੀ ਚਾਹ ਅੱਗੂ ਜਿਹੜੇ ਨੇ ਜ਼ਬਾਨ ਨਾ ਮਾਰੀ ਕਰ ਪਿਓ ਦੇਖੋ ਜ਼ਬਾਨ ਨਾ ਮਾਰੀ ਕਰ ਹੁਣ ਮੈਨੂੰ ਦੱਸ ਤਾਂ ਸਹੀ ਉਹ ਕੀ ਆਂਦੇ ਨੇ ਉਹਨਾਂ ਇੱਥੇ ਆਣਾ ਕਿ ਆਪਾਂ ਉੱਥੇ ਜਾਣਾ ਤੈਨੂੰ ਦੱਸਿਆ ਹੀ ਥਾਈ ਅੰਦਰ ਪੈਣ ਭੂਤਣੇ ਹੋ ਰਹਾ ਜ਼ਲੀਲਾ ਜ਼ਲੀਲ ਹੋ ਸ਼ਾਲਾ ਅੱਬਾ ਰੱਫੂ ਤਨਾ ਉੱਤੇ ਸੱਟ ਪਤਾ ਨਹੀਂ ਮਿਸਵਾ ਕੀ ਕਰਨਾ ਕਿ ਨਹੀਂ ਮਿਸਵਾ ਅਗੇ ਤੂੰ ਪਿਓ ਦੇ ਜ਼ਬਾਨ ਮਰੇ ਨਾ ਤਮੀਜ਼ ਕੋਈ ਤੂੰ ਮੇਰਾ ਲੱਗਦਾ ਹੀ ਨਹੀਂ ਹੋ ਮੈਨੂੰ ਆ ਹੁਣ ਤਾਂ ਮੈਂ ਤੈਨੂੰ ਕੋੜਾ ਲੱਗਣਾ ਹੀ ਹੈ ਜਦੋਂ ਮੈਂ ਤੈਨੂੰ ਸਿੱਧੀ ਗੱਲ ਚ ਕੀਤੀ ਹੈ ਲੱਗਦੀ ਤਾਂ ਤੇਰੀ ਉਹ ਜਿਹੜੀ 7 ਸਾਲਾਂ ਤੋਂ ਜੇਲ੍ਹ ਚ ਪਈ ਹੈ ਤੇ ਉਹਦੇ ਪਿੱਛੇ ਰਗੜਿੰਦਾ ਵਤਨਾ ਥਾਣੇ ਕਚਹਿਰੀਆਂ ਹੀ ਧੱਕੇ ਖਾਂਦਾ ਵਰਾ ਤੇ ਕਾਵੜ ਮਿਹਨਤ ਕਰਨਾ ਉਹ ਕਾਵੜ ਤੇਰੇ ਤੇ ਕਰਨਾ ਤੇਰੇ ਤੇ ਕਿਹੜੀ ਕਾਵੜ ਕਰਦੀ ਹੈ ਉਹੀ ਹੋ ਜੀ ਨਹੀਂ ਇਹ ਸਾਰੀ ਮੁਸੀਬਤ ਉਹਦੀ ਗੱਲ ਭੂਤਰੇ ਦੀ ਸਵਾਣੀ ਪਈ ਹੈ ਤੇ ਕੇਸ ਉਸੇ ਦੀ وجہ ਤੋਂ ਇਹਦੇ ਤੇ ਹੀ ਹੋ ਗਿਆ ਹੈ ਜੇ ਤੇਰੇ ਚ ਅਕਲ ਹੁੰਦਾ ਤੋਨੂੰ ਭੂਤਰੇ ਦੀ ਸਵਾਣੀ ਕੋਲ ਨਾ ਜਾਵਣ ਦੇਵਾਂ ਜਾਂ ਭੂਤਰੇ ਦੀ ਸਵਾਣੀ ਨੂੰ ਇੱਥੇ ਨਾ ਆਵਣ ਦੇਵਾਂ ਆਪ ਦੀ ਕੁੱਕਰ ਚੰਗੀ ਹੋਵੇ ਨਾ ਤੋ ਪਰਾਇ ਗੜ ਆਂਡਾ ਨਹੀਂ ਲੈਂਦੀ ਓਏ ਹੁਣ ਮੈਨੂੰ ਮਾਤਾ ਕਰੀਏ ਹੁਣ ਉਹਦੇ ਨਾਲ ਕਦੀ ਜ਼ਿੰਦਗੀ 'ਚ ਮਤਲਬ ਹੀ ਨਾ ਰੱਖੀ ਅੱਛਾ ਤੇ ਮੇਰੀ ਸਵਾਣੀ ਦੀ وجہ ਨਾਲ ਤੇਰੀ ਸਵਾਣੀ ਫੱਸੀ ਹੈ ਉਹ ਤੇਰੀ ਸਵਾਣੀ ਐਡੀ ਚੰਗੀ ਹੁੰਦੀ ਤਾਂ ਮੇਰੀ ਸਵਾਣੀ ਨਾਲ ਨਾ ਟੁੱਟਦੀ ਮੇਰੀ ਸਵਾਣੀ ਤਾਂ ਗਿੱਲਾ ਕੀਤੀ ਜਾਂਦਾ ਤੇਰੀ ਸਵਾਣੀ ਪੰਜਾਤਾ ਬਣੈਂਦੀ ਆਏ ਆ ਸ਼ੈਤਾਨ ਆ ਆਈ ਲੈ ਹਾਂ ਕੇ ਗਿੱਲੇ ਕੁੱਟੀ ਬੈਠਾ ਗਿੱਲੇ ਤੂੰ ਘਟ ਕਰ ਲਈ ਮੇਰੇ ਨਾਲ ਅਜੇ ਮੇਰੇ ਨਾਲ ਚੁੰਮਦਾ ਖਲਾ ਚੁੰਮਦਾ ਮੈਂ ਨਹੀਂ ਖਲਾ ਤਾਂ ਕੁਦਰਤ ਤੂੰ ਮੈਂ ਉੱਤੇ ਆ ਗਈ ਆ ਤੂੰ ਤਾਂ ਬੰਡੀ ਖਲਾ ਮੈਨੂੰ ਮੈਂ ਖਾ ਮਖਾ ਨੇ ਬੰਡੀ ਖਲਾ ਮੈਂ ਹਕੀਕਤ ਦੱਸਿਆ ਹਕੀਕਤ ਦੱਸਿਆ ਉਹ ਤੇਰੀ ਸਵਾਣੀ ਮੇਰੀ ਸਵਾਣੀ ਨੂੰ ਸਦੈਂਦੀ ਆਈ ਆਪਾਂ ਬਾਹਰੂ ਹੋ ਆਈਏ ਆਪਾਂ ਸ਼ਹਿਰ ਚਲੀਏ ਸ਼ਹਿਰ ਚਲੀਏ ਤੇ ਮੁੜ ਕੇ ਗਲਤ ਗੱਲ ਆਈ ਸਹੇਲੀਆਂ ਸਹੇਲੀਆਂ ਨਾ ਦੀਆਂ ਵਜਾਵਣ ਵਾਲੀ ਤਾਂ ਤੇਰੀ ਸਵਾਣੀ ਹੈ ਉਹ ਪਾੜ ਵੀ ਸਹੇਲੀਆਂ ਕਰੇਂਦੀਆਂ ਨੇ ਸਹੇਲੀਆਂ ਕਰੇਂਦੀਆਂ ਹੁਣ ਜ਼ਬਾਨ ਨਾ ਬਾਤ ਬਾ ਹੁਣ ਰਿਆ ਹੁੰਦੇ ਪੈ ਤੇਰੇ ਸਾਡਾ ਕੋਈ ਸੰਗ ਨਹੀਂ ਲੈਣ ਦੇਣ ਖਤਮ ਬਾ ਆਪਣੀ ਸਵਾਣੀ ਨੇ ਆਪਣੇ ਘਰ ਰੱਖੀ ਤੇ ਮੇਰੀ ਸਵਾਣੀ ਤੇਰੇ ਘਰ ਨਾ ਬੈਸੀ ਜੋ ਮੈਂ ਸੋਚਿਆ ਨਾ ਮਾਂ ਦੀ ਦਿਲ ਦੀ ਮਰਜ਼ੀ ਉਹ ਆ ਕਰਨੀ ਹੈ ਤੂੰ ਇਸ ਚੱਕ ਚ ਰਹਿਣਾ ਨਹੀਂ ਕਿਦਾਂ ਦੂਰ ਭਾਗ ਜਾਵਣਾ ਵਾਹ ਵਾਹ ਚੱਕ ਛੱਡ ਕੇ ਅਸੀਂ ਕਿਉਂ ਛੱਡੀਏ ਚੱਕ ਸਾਡੇ ਪਿਓ ਦਾਦੇ ਦੀ ਵਿਰਾਸਤ ਹੈ ਇੱਥੇ ਅਸਾਂ ਨਹੀਂ ਜਾਂਦੇ ਤੁਸੀਂ ਕੰਮੀ ਹੋ ਮਗਰੂ ਲਾਓ ਹਾਂ ਤੂੰ ਸੇਪੀ ਕਰਨੀ ਕਿਸੇ ਹੋਰ ਚੱਕ ਕੇ ਜਾ ਕੇ ਕਰ ਲੈ ਜੀ ਸੇਪੀਆਂ ਸੀ ਕਰੇਨੇ ਆ ਨਾ ਤੇ ਤਾਂ ਉਹਨਾਂ ਤੂੰ ਲੈਨੇ ਆ ਲੋਕਾਂ ਕੋਲ ਅੱਲਾ ਵਾਸਤੇ ਨਹੀਂ ਲੈਂਦੇ ਤੇ ਜ਼ਿਆਦੀਆਂ ਸਾਨੂੰ ਨਸੀਤਾ ਨਾ ਕਰ ਆ ਚੋਪੇ ਚੋਪੇ ਜ਼ਾਤ ਦੇ ਨਾਈ ਤੇ ਮਾਰਾਂ ਨੂੰ ਜੱਫੇ ਮਾਰਾਂ ਨੂੰ ਡੱਪੇ ਮਾਰਦਾ ਬੂਥਾ ਵੇਖੀ ਨਾ ਕਿੱਡਾ ਸੋਹਣਾ ਐਸੋ ਚੋਕਰ ਬਣਿਆ ਵਜਾ ਤਾ ਓ ਮਾਰ ਸ਼ਕਲਾਂ ਤੋਂ ਨਹੀਂ ਆਉਂਦੇ ਖਾਨਦਾਨੀ ਖੂਨ ਜਿਹੜਾ ਨਾ ਉਸ ਤੋਂ ਪਤਾ ਲੱਗਦਾ ਕਿ ਅਸੀਂ ਖਾਨਦਾਨੀ ਬੰਦੇ ਆ ਜੱਟ ਆ ਆਪ ਦੀ ਸ਼ਕਲ ਦੇ ਰਿਕਲ ਹੁੰਦੇ ਨੇ ਆਪ ਦੀ ਸ਼ਕਲ ਵੇਖੀ ਜਿਵੇਂ ਪੇਠਾ ਫੁੱਟਾ ਪਿਉਂਦਾ ਆਦਾ ਬੂਥਾ ਵੇਖਿਆ ਹੀ ਤੇ ਮੇਰਾ ਠੀਕ ਹੈ ਕੀ ਹੈ ਮੇਰੇ ਬੋਲ ਚੁੱਪ ਕਰ ਆਦੀ ਤਬੀਅਤ ਵੇਖੀ ਜਿਵੇਂ ਛੇਕ ਕੇ ਬਹੁ ਖੜਬੱਦੀ ਹੋਈ ਹੁੰਦੀ ਓ ਮਾਰਾ ਤੇਰ ਤੋਂ ਚਿੱਟਾ ਕਲਾਨਾ ਤੇ ਓਏ ਮੇਰੇ ਨਾਲ ਜਿਹੜੀ ਜ਼ਬਾਨ ਮਾਰਨੀ ਹੈ ਮਾਰ ਮੇਰੇ ਇਕਲੋਤੇ ਪੁੱਤ ਨਾਲ ਬਕਵਾਸ ਨਹੀਂ ਕਰਨੀ ਤੁਸੀਂ ਦੋਵਾਂ ਨੇ ਤੇ ਲੋਤਾ ਪੁੱਤ ਤੇਰਾ ਕੋ ਮੇਰਾ ਨਹੀਂ ਆਇਆ ਤੂੰ ਕਰਨਾ ਮੈਂ ਨਹੀਂ ਕਰਨਾ ਲੋਤਾ ਨਹੀਂ ਹੁੰਦਾ ਇਕਲੋਤੋ ਹੁੰਦਾ ਜੋ ਹੀ ਹੁੰਦਾ ਅਸੀਂ ਤਾਂ ਗਰੀਬ ਲੋਕ ਅਸੀਂ ਜੋ ਆਖੀਓ ਚੱਲ ਜਾਂਦਾ ਮੈਨੂੰ ਬੋਲਣਾ ਹੀ ਕੋਈ ਨਹੀਂ ਹੁੰਦਾ ਤੂੰ ਐਂ ਬਦਤਮੀਜ਼ ਓ ਕੰਮੀ ਐਨ ਕਮੀਆਂ ਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ ਤੇ ਕਮੀ ਸੜੀ ਦੇ ਓ ਸਾਨੂੰ ਡਖਣਾ ਨਾ ਸਾਧ ਮਰਨਾ ਵਿੱਚ ਪਿਆ ਖਲਾ ਰੋਪ ਕਰ ਦੋ ਉਹਦੀ ਹਿੱਕਾ ਬਣੀ ਏ ਕਾਸ਼ ਮੇਰੀ ਸਵਾਣੀ ਦੀ ਕੱਲੀ ਦੀ ਰੋਪਕਾਰ ਬਣੀ ਹੋਈ ਹੁੰਦੀ ਨਾ ਤੇ ਮੈਂ ਜੈਲ ਦੇ ਬੂਹੇ ਅੱਗੂ ਖਲਮ ਤੇ ਤੁਹਾਡੇ ਨਾਲ ਨਾ ਹੀ ਆਉਣਾ ਮੈਂ ਸਵਾਣੀ ਲੈ ਕੇ ਆਪਦੇ ਘਰ ਜਾਵਣਾ ਏ ਵਕੀਲਾ ਨੇ ਮਗਰ ਅਸੀਂ ਵੱਜੇ ਵੱਤਿਆਂ ਤੂੰ ਇੱਥੇ ਵਹਿਲਾ ਕਿਵੇਂ ਖਾ ਬਣਿਆ ਕਰ ਜੀਵਾਂ ਦੀ ਤੇਰੀ ਤਬੀਅਤ ਹੈ ਨਾ ਵਕੀਲ ਤਾਂ ਤੈਨੂੰ ਜੇਬ ਵਿੱਚ ਪਾਈ ਵੱਤੇ ਐਵੇਂ ਜੇਬ ਵਿੱਚ ਪਾਈ ਵੱਤੇ ਨੂੰ ਮੇਰੀ ਅਸਹਿਸ ਨਾਲ ਗੱਲ ਸੁਣ ਲੈ ਚੱਟ ਕੇ ਗੱਜ ਤੋ ਜੰਗੇ ਜਲਾ ਨਹੀਂ ਮੇਰੇ ਪੁੱਤਰੂ ਸਾਨੂੰ ਹੀ ਆ ਮਜਬੂਰੀ ਹੈ ਕਿ ਇੱਕਾ ਰੋਕਾਰ ਹੈ ਨਹੀਂ ਤਾਂ ਤੈਨੂੰ ਅਸੀਂ ਕਦੀ ਮੱਥਾ ਹੀ ਨਾ ਲਾਵਣਾ ਓਏ ਕਾਂ ਬੰਦ ਕਰੋ ਜੇ ਤੁਹਾਡੀਆਂ ਸਵਾਣੀਆਂ ਚੰਗੀਆਂ ਹੁੰਦੀਆਂ ਤੇ ਆਪਾਂ ਇਸ ਬਵਾਲ ਨੂੰ ਪੰਦਾ ਹੀ ਨਾ ਉਠੀ ਪਵੋ ਤੇ ਚੱਲੀਏ ਅੱਬਾ ਇਹ ਸਾਰੀ ਗਲਤੀ ਤੇਰੀ ਹੈ ਨਾ ਤੂੰ ਪਿਛਲੇ ਪਾਰੇ ਪਰਨੀਵੇਂ ਆ ਨਾ ਇਹ ਬਵਾਲ ਪਵਿਆ ਨਾ ਲੋਕਾਂ ਦੀਆਂ ਗੱਲਾਂ ਸੁਣੀਆਂ ਪਵਣਾ ਹਾਂ ਤੈਨੂੰ ਤਾਂ ਜਿਹੜਾ ਨਾ ਅਜ਼ਾਬ ਬਣ ਗਿਆ ਤੂੰ ਤਾਂ ਸ਼ਰੀਕ ਬਣ ਗਿਆ ਕਿ ਮੈਂ ਪਿਛਲੇ ਪਾਰੇ ਪਰਨੀ ਲਿਆ ਤੇ ਤੈਨੂੰ ਮੁਸੀਬਤ ਨਜ਼ਰ ਆਉਂਦੀ ਹਾਂ ਤੇ ਪਰਨੀਵਨ ਤੂੰ ਪਹਿਲੇ ਪਛਤਾਵਣਾ ਯੂ ਹੁਣ ਪਛਤਾਵਣ ਦਾ ਕੋਈ ਫਾਇਦਾ ਨਹੀਂ ਮੇਰਾ ਸੋਹਣਾ ਚੱਲ ਅੱਗੂ ਲੱਗ ਗੱਲ ਸੁਣ ਹੁਣ ਜ਼ਬਾਨ ਨਹੀਂ ਮਾਰਨੀ ਰਾਹ ਦੇ ਵਿੱਚ ਮੇਰੇ ਨਾਲ ਜੇ ਤੂੰ ਨਾ ਮਾਰੀ ਤਾਂ ਮੈਂ ਵੀ ਜ਼ਬਾਨ ਨਹੀਂ ਮਰਦੇ ਜੇ ਤੂੰ ਮੈਨੂੰ ਵੱਢਿਆ ਤਾਂ ਮੈਂ ਤੈਨੂੰ ਪਹਿਲੂ ਵੱਢਿਆ ਸਾਂ ਓ ਮੈਂ ਤੇਰੇ ਮੱਥੇ ਲੱਗਦਾ ਹੀ ਨਹੀਂ ਤੂੰ ਇਹ ਕਰੀ ਤੂੰ ਮੈਨੂੰ ਜਾਨ ਛੁੱਟਣ ਦੇ ਮੇਰੀ ਇਹਦਾ ਟੋਰੀ ਟੋਪੋ
जवाब अगू कोई दवी नहीं ज्यादा पाउडर मार दें दिन की होश रमनी आई तो जी वधी है जरीनी हाँ जरीनी हसदी रह वे मैं अन्नी दी तू तो आई हसदी बंदा क्या स्वाब का काम है भाई तू हसे छड़ तू उनकी परेशानी बेग भाई उन्होंने कितनी परेशानी बनी खाली है तो मैंने आंधी है नहीं भैया तू किस सिलसिले चाई बैठी मुड़ मैं भैया आदि स्टोरी दसी मुड़ मैं उन्होंने पूछा भाई तू कि स्टोरी चाई बैठी आंधी मैं भी कभी सूटा साटा ला पादी हम तो पुलिस का छापा पिया तो मैं फदी गई तो जी दूई हावी आ किरनी ओके चा बैठो चोरी के सिलसिले चाई बैठी आवे तू किरनी छड़ तेन शहजादी का पता लगा शहजादी की आखदी हा शहजादी आखदी आ भी मैं गुआढ़ गई हाँ उन्होंने जाके मैं कुकड़िया के आंडे चा ले तो थानेदार नहीं वेखी उन्हें किवें जांबे फेरी खड़ोती है ओए होए थानेदार नहीं तो तू गल ही ना पुछ जी सुकी जी वधी हाई वो तो चा चा की लत्त मरेंदी हुई अई लत्त मरेंदी हुई तौबा मेरे तो जान बन जाती है कि मैनू ना जंब दे आके मैं तो डरती हुई ऊँ ही अखी नूट जाती जेड़ा साढ़े पाया गया तो साढ़े तो जंब कर दे मेरी गल तो सुन मैंने तो इतना हासा है ना उस दिन जिस दिन वो आ गई पुलिस वाले वो पतली जी जी हूँ आप गल करते बैठे उन्हें जो नाल वाली आके हेक दसी ना तो तू अं करके मैनू तेरी गैरत दी समझ नहीं आंदा तू बड़ा वड्डा गैरत है की हो गई चबल धोती हो जा ओ तेरी सवानी जहल च छोट के आंदी पे एक उमरे तू नहीं आंदी पे जेड़े तू माल चाई बना चबल मैनू प्यार है सवानी नाल तेरे तरह मैं नहीं अभी तेन प्यार कोई नहीं मैं तो उधर वादा सवानी तू मैं ना टाइम होवे तो मैं गोडे नाल जाके पवा खरे आ जा सी तो आप भी उधर ला लवी तो अगर टुर भी पाओ तेन सवानी का प्यार है हाँ ते हो हाँ फाद मोड़ आपे चा तेरी मां होवे तो तेन प्यार होवे टुर चबल जी ए मुड़ हराम दा मैं लगदा ओए ए मेरा आप दे तेरे खर्चे मैं आप कमा के खवाइना भोए बांडा मेरा आप भी किलो तू तो सानू तू सेप ही नहीं देंदा तू हूं इतना वड्डा चौधरी बनया खाला जेड़े बनते ने असी उए देने दो तो प्यो पोतरा ते असी कोई पूरे ठट्टे ते भरने चल अगू लगो मैं मुंह जे वाला सवानी तू मैं तो करेंदा ही हां तू अगना हाँ नहीं बड़ी है तो तेरी गल ठीक है आपा कहड़ा एडा जुर्म किया जो 7 साल आप सजा काट ली आपा तो एवं गलू गल की भट्टिया जाके तो उन्होंने ना जाके लड़ाई चती तो उन्हें जुल्फी फैर मारिया तो परचे च अपना ना लिखवा छड़े उन्हें हूँ यह नहीं पता कि फैर का ना लिखवाया ने या उस गल का लिखवाया ने हाँ उन्होंने लगता है असं चुगलियां करेंगे तो उन्होंने साडा परचे से नाम लिखवाया खैर असा तो वो जी जेल वेख के आए बैठे 7 साल तो साडा की गया असा तो दुनिया वेख आए हैं दुनिया सीधी गल अच्छा एक होर गल की जी कुबरी अपने नाल बदी कुबी हाँ उन्हें मैंने गल की भैना जेल तो जी तुसा वेख ली अगर तुसा नशे का या किसी चीज़ का भी कारोबार करना हो ना तो तुसा मेरे ना रबता करना मैं उन्होंने सीधी गल की भैना असा सीधे तो शरीफ खानदान के बंदे हैं असा इन्हें जिंदा पाते ही नहीं गल तो वो सही है गरे ही रोटी खानी तो तू पाँ उ तेरी गल भैना ठीक है आंदे ने सियाण का खाने भी करे कोई तो भरे कोई वो गल साढ़े तो पै गई बीती कंजरा तो पै साढ़े तो गई उन्हें अपने तो कावड़ कटी है तू खै चलो यार उन्हें कावड़ कटी आप जेल वेख लीए तेन के शायद जोर है अच्छा तू ये दस बी हूं घरे जाके की कर स की कर से पहली गल तो एक जरा इतने दिन कट्ठे रही ना हूँ मेरा तो दिल ही नहीं लगना तेन मैं गल दस देव मैं ता रोटी भी खानी है ना ते मेरे अंदर उदों तक नहीं लगती जो तक मैं तेन ना वेखा तो हूँ पता नहीं की बन सी तेरा घर वो उत्थे परली नुक्कर ते भीखी दे पिंड बैठी हुई है तो तू आधे बंदे नूं आके घर तो नेड़े लै ला तू दुआ कर अगू बंदे ठड्डे होवे ते जे आ जंजल च जड़े पै वत्ते ना मैनू तो लगना उन्हें अपन रला नहीं देना
ਤੂੰ ਇਹ ਗੱਲ ਨਾ ਕਰ ਔਰਤਾਂ ਘਰਾਂ ਦੀ ਆਈ ਤੇ ਆ ਜਾਵੇ ਨਾ ਤੇ ਔਰਤਾਂ ਵੱਡਾ ਵੱਡਾ ਕੁਛ ਬਣਵਾ ਲੈਂਦੀਆਂ ਨੇ ਮਰਦਾਂ ਕੋਲੋਂ ਤੇ ਮੈਂ ਤਾਂ ਬਹੁਤ ਕੁਛ ਬਣਵਾਈ ਸਾਂ ਤੇ ਘਰ ਵਾਲੇ ਕੋਲੋਂ ਸਨਾ ਮੈਂ ਤਾਂ ਤੇਰੀ ਗੱਲ ਠੀਕ ਹੈ ਮੇਰਾ ਸਾਈ ਮੇਰੀ ਬੜੀ ਗੱਲ ਮੰਨਦਾ ਤੇ ਜਿਹੜੀ ਮੇਰੀ ਸੱਸ ਹੈ ਨਾ ਉਹ ਤੇ ਕਿਸੇ ਹਲਕੇ ਕੁੱਤੇ ਦੀ ਵੱਡੀ ਹੋਈ ਹੈ ਨਾ ਮਰਦੀ ਤੇ ਨਾ ਮੇਰੀ ਜਾਨ ਛੁੱਟਦੀ ਹੈ ਨਹੀਂ ਭੈਣ ਇਹ ਬਰਾਦਰੀ ਸਾਰਿਆਂ ਦੀ ਕੁੱਤੀ ਬਰਾਦਰੀ ਹੁੰਦੀ ਹੈ ਤੇ ਸਾਡੀ ਵੀ ਬਹੁ ਕੁੱਤੀ ਬਰਾਦਰੀ ਜਿਹੜਾ ਮੇਰਾ ਚਾਚਾ ਹੈ ਨਾ ਸੱਕਾ ਸੱਕਾ ਮੇਰਾ ਅੱਬੂ ਫੌਤ ਹੋ ਗਿਆ ਮੇਰੇ ਅੱਬੂ ਨੇ ਇਤਨੇ ਇਹਸਾਨ ਕੀਤੇ ਛੋਟੇ ਬਰਾ ਸਮਝ ਕੇ ਵੀ ਜਿਹੜੇ ਛੋਟੇ ਬਰਾ ਹੁੰਦੇ ਨੇ ਉਹ ਬੱਚਿਆਂ ਤਰ੍ਹਾਂ ਹੁੰਦੇ ਨੇ ਮਾਂ ਪਿਓ ਨੂੰ ਮੇਰੀ ਦਾਦੀ ਫੌਤ ਹੋ ਗਈ ਮੇਰਾ ਦਾਦਾ ਫੌਤ ਹੋ ਗਿਆ ਮੇਰੇ ਪਿਓ ਨੇ ਆਪਦੇ ਬਰਾਬਰ ਉਹਨੂੰ ਕੀਤਾ ਉਹਦੀ ਸ਼ਾਦੀ ਕੀਤੀ ਉਸ ਤੇ 5-6 ਲੱਖ ਰੁਪਈਆ ਲਾਇਆ ਹੁਣ ਮੇਰਾ ਪਿਓ ਫੌਤ ਹੋ ਗਿਆ ਤੇ ਹੁਣ ਮੇਰੀ ਮਾਂ ਦੀ ਮੈਂ ਸਿਰੂ ਨੰਗੀ ਹੋ ਗਈ ਆ ਵੇ ਬਰਾਵਾ ਹੁਣ ਪੈਸੇ ਦੇ ਜਾ ਮੈਂ ਆਦੀ ਨਿੱਕੀ ਬੇਟੀ ਦੀ ਸ਼ਾਦੀ ਕਰਨੀ ਤੇ ਅੱਗੂ ਚਾਚਾ ਬਣਾ ਸਵਾਰ ਕੇ ਆਖਦਾ ਮੈਂ ਔਰਤਾਂ ਨਾਲ ਗੱਲ ਹੀ ਨਹੀਂ ਕਰਦਾ ਤੇ ਹੁਣ ਉਹਨੂੰ ਕੋਈ ਬੰਦਾ ਜਾ ਕੇ ਪੁੱਛੇ ਗੱਲ ਵੀ ਤੂੰ ਔਰਤਾਂ ਨਾਲ ਗੱਲ ਨਹੀਂ ਕਰਦਾ ਤੇਰੀ ਵਜ੍ਹਾ ਤੋਂ ਹੁਣ ਕਬਰਾਂ 'ਚ ਅਸੀਂ ਬੰਦਾ ਕੱਢ ਕੇ ਲੈ ਵੇ ਇਤਨਾ ਹਰਾਮਦਾ ਹੈ ਉਹ ਨਹੀਂ ਭੈਣ ਸਨਮ ਘਰ ਘਰ ਕੀ ਇਹ ਰੋਲੇ ਨਾ ਅੱਛਾ ਤੂੰ ਸਾਰੀਆਂ ਛੱਡ ਤੂੰ ਇਹ ਦੱਸ ਅੱਜ ਘਰ ਜਾ ਕੇ ਖਾਣਾ ਕੀ ਹੈ ਉਹ ਸਾਡੇ ਵਾਸਤੇ ਕੀ ਪਕਾਈ ਬੈਠੇ ਹੋ ਸਨ ਤੇਰੀ ਸੱਸ ਤਾਂ ਕੋਈ ਬਹਿਣਾ ਚੰਗੀ ਚੋਸੀ ਚੀਜ਼ ਪਕਾਈ ਹੋ ਸੀਗੀ ਮੇਰਾ ਦਿਲ ਤੇ ਅੱਜ ਅੱਲਾ ਦੀ ਕਸਮ ਸਾਗ ਤੇ ਕਰਦਾ ਪਿਆ ਸਾਗ ਨਾ ਮੇਰੇ ਦਿਲ ਦੀ ਗੱਲ ਖੋ ਲਈ ਏ ਤੂੰ ਮੇਰਾ ਤਾਂ ਆਪ ਦਿਲ ਕਰਦਾ ਪਿਆ ਚਾਵਲ ਉਬਲੇ ਹੋਣ ਉੱਤੇ ਧੂਲ ਧੂਲ ਕੇ ਆਪਾਂ ਸਾਗ ਨਾ ਖਾਵੀਏ ਤੇ ਭੈਣ ਉੱਤੇ ਥੋੜੇ ਚਾਵਲ ਖਾ ਦਿੰਦੇ ਜੇ ਲੰਚ ਨਹੀਂ ਭੈਣ ਉਹ ਤਾਂ ਦਾਲ ਉਹ ਜਿਹੜੀ ਚੱਕੀ ਆਉਂਦੇ ਨੇ ਪੀਸਿੰਗ ਪੀਸਿੰਗ ਇਹ ਸ਼ੁਕਰ ਹੈ ਆਪਾਂ ਉੱਥੇ ਜਾ ਕੇ ਚੱਕੀ ਨਹੀਂ ਪੀਸੀ ਨਹੀਂ ਤੇ ਲੱਗ ਸੁਰ ਜਾਵੇ ਆ ਉਸ ਦਿਨ ਉਹ ਅਗਲੀ ਗੱਲ ਕਰਦੀ ਪਈ ਆਈ ਆ ਉਹ ਆਂਦੀ ਇਹਨਾਂ ਦੇ ਕੋਲ ਚੱਕੀ ਪਿਸਾਓ ਤੇ ਉਹ ਥਾਣੇਦਾਰ ਪਤਾ ਨਹੀਂ ਕਿਵੇਂ ਤਰਸ ਕਰ ਗਿਆ ਉਹ ਬਹੁਤ ਤਰਸੀਲਾ ਹਾਂ ਮੈਨੂੰ ਬਹੁਤ ਚੰਗਾ ਲੱਗਿਆ ਅੱਲਾ ਇਹ ਇਹੋ ਜੇ ਬਿਰਾ ਹਰ ਕਿਸੇ ਨੂੰ ਦੇਵੇ ਮੈਂ ਤੁਹਾਨੂੰ ਸਿੱਧਾ ਬਾਉਸ ਦੇਣੀ ਆ ਹਾਂ ਨਹੀਂ ਤੋ ਸਰੀਏ ਤੂੰ ਕਿ ਮੂੰਹ ਗਾਤੇ ਉਹਦੇ ਲਵੇ ਦੀਆਂ ਮੈਂ ਉਹਦੇ ਨਾਲ ਕਦੀ ਕਦੀ ਗੱਲਾਂ ਕਰ ਲੈਂਦੀ ਆ ਮੈਡਮ ਉਹ ਚੰਗਾ ਹਾਈ ਅਹੀਂ ਦੁੱਖ ਸੁੱਖ ਮੇਰੇ ਨਾਲ ਕਰਿੰਦਾ ਜਿਵੇਂ ਸੱਕੀ ਭੈਣਾ ਭਰਾਵਾਂ ਨਾਲ ਬੰਦਾ ਦੁੱਖ ਸੁੱਖ ਰਹਿੰਦਾ ਅੱਛਾ ਇਹ ਦੱਸ ਸਾਗ ਪਤਾ ਨਹੀਂ ਉਹਨਾਂ ਪਕਾਇਆ ਸੀ ਨਾ ਸਾਗੂ ਦੀ ਮੌਸਮ ਤਾਂ ਹੈ ਆਪਾਂ ਇੱਕ ਕੰਮ ਕਰਸਾਂ ਅੱਜ ਘਰ ਜਾ ਕੇ ਅਗਰ ਉਹਨਾਂ ਸਾਗ ਨਾ ਪਕਾਇਆ ਆਪਾਂ ਲੂਣ ਮਰਚਾਂ ਵਾਲੇ ਚਾਵਲ ਚੰਗੀ ਧਸ ਕੇ ਮਿਰਚਾ ਪਾਉਣੇ ਤੇ ਚਾਵਲ ਪਕਾਉਣੇ ਤੱਕ ਬਹਿ ਕੇ ਖਾਉਣੇ ਨੇ ਤੇ ਇਹ ਗੱਲ ਸੁਣ ਲਾ ਅੱਜ ਜਾ ਕੇ ਮੈਂ ਚਾਵਲ ਪਕਾਉਣੇ ਨਾ ਅਗਰ ਤੇਰੇ ਘਰੇ ਸਾਗੂ ਨਾ ਪੱਕਿਆ ਤਾਂ ਤੂੰ ਮੇਰੇ ਘਰੇ ਆ ਜਾਵੀਂ ਨਹੀਂ ਆਪਾਂ ਨਾ ਪੱਕੇ ਤਾਂ ਬਾਹਰ ਜਦ ਪਟ ਲਈ ਸਾਂ ਸਾਗ ਘਰੇ ਪਕਾ ਲਸਾਂ ਭੈੜੀ ਹੁਣ ਕਿਹੜਾ ਟਾਈਮ ਹੈ ਉਤੋਂ ਤਾਂ 11 ਵਜਦੀ ਪਈ ਹੈ ਤੇ ਹਲੇ ਉਹ ਨਵੀਂ ਆਉਣਾ ਹੈ ਆਪਣੀਆਂ ਹਲੇ ਗੱਲਾਂ ਕੋਈ ਨਹੀਂ ਖਤਮ ਹੋਈਆਂ ਤੇਰੇ ਨਾਲ ਮੈਂ ਸਾਰੇ ਗੱਲਾਂ ਕਰਨੀਆਂ ਨੇ ਸਵਾਣੀ ਤੂੰ ਤੇਰੇ ਜੋਰੇ ਮੈਨੂੰ ਖਾ ਗਨ ਮੈਂ ਤਾਂ 3 ਟਾਈਮ ਦੀ ਰੋਟੀ ਨਾ ਖਾਂਦਾ ਤਾਂ ਮੇਰੀ ਤਬੀਅਤ ਇਹੀ ਹੋ ਗਈ ਜਿਵੇਂ ਕੁੱਤੀ ਨੂੰ ਸ਼ੂਗਰ ਹੋਈ ਹੋਈ ਹੋਵੇ ਨੀ ਬਿੱਲੋ ਮੈਨੂੰ ਇੱਕ ਗੱਲ ਯਾਦ ਆ ਗਈ ਹੈ ਹੁਣ ਕਿਤੇ ਜਾਉ ਨੇ ਆਪਾਂ ਕੱਲ ਨੂੰ ਬਾਜ਼ਾਰ ਜਾਣਾ ਹੈ ਚਾਰ ਸ਼ਰੀਕਾਂ ਨੂੰ ਵੀ ਤਾਂ ਪਤਾ ਲੱਗੇ ਅਸਾਂ ਜੇਲ ਚ ਛੁੱਟ ਕੇ ਆਏ ਹਾਂ ਅਸਾਂ ਕੋਈ ਡਰਪੋਕ ਹੈ ਅਸਾਂ ਤਾਂ ਕਿਸੇ ਪਿਓ ਕੋਲ ਡਰਦੀਆਂ ਹੋਈਆਂ ਮਤਾ ਲਿਖਾਏ ਜਿਸਾਏ ਕਿਸੇ ਅਸਾਂ ਵਿਖਸਾਏ ਸਹੇਲੀਆਂ ਘੱਟ ਬਹਿਣਾ ਗਣੀਆਂ ਲੱਗਦੀਆਂ ਲੋਕ ਵੀ ਆਉਂਦੇ ਨੇ ਬਿੱਲੋ ਤੇ ਸਨਮੀ ਤੇ ਦੋਵਾਂ ਦਾ ਜੋੜ ਚੁੱਪ ਕਰ ਚਲਮੀ ਤੇ ਬਿੱਲੋ ਦੇ ਡੋਰ ਅਸੀਂ ਕੁੱਤੇ ਆ ਮਗਰੂ ਮਗਰੂ ਟੁਰੇ ਬਣੇ ਸਾਡੀ ਤੁਸੀਂ ਗੱਲ ਹੀ ਨਾ ਸੁਣਦੀਆਂ ਕਾਕਾ ਬਿਰਾਵਾ ਚੁੱਪ ਕਰ ਸਾਡੀਆਂ ਦੋ ਗੱਲਾਂ ਪੂਰੀਆਂ ਹੋ ਲੈਣ ਦੇ ਘਰੇ ਚੱਲ ਕੇ ਸਾਰੀਆਂ ਗੱਲਾਂ ਤੇਰੀਆਂ ਹੀ ਸੁਣਨੀਆਂ ਹੁਣ ਇੱਥੇ ਤੇ ਦੋ ਕਰ ਲੈਣ ਦੇ ਅੱਛਾ ਮੋੜ ਆਪਾਂ ਪਟਿਆਲੇ ਕੱਪੜੇ ਸਵਾਸ ਹੈ ਤੇ ਆਪਾਂ ਸਮੋਸੇ ਦੀਆਂ ਪਲੇਟਾਂ ਪਲੇਟਾਂ ਜ਼ਰੂਰ ਖਾਣੀਆਂ ਨੇ ਤੈਨੂੰ ਪਤਾ 7 ਸਾਲ ਗੁਜ਼ਰ ਗਏ ਨੇ ਆਪਾਂ ਦੋਵਾਂ ਨੇ ਸਮੋਸੇ ਨਹੀਂ ਖਾਦੇ ਤੇ ਮੋੜ ਕੱਲ ਨੂੰ ਤੂੰ ਚਾਵਲ ਪਕਾ ਲਵੇਂ ਸਾਗੂ ਵਾਲੇ ਓ ਘਰ ਮਾਲੀ ਓ ਸਮੋਸੇ ਤੂੰ ਤੇ ਮੈਂ ਖਾਣੇ ਨੇ ਚਾਚਾ 2 ਮਿੰਟ ਅੱਛਾ ਸਾਗ ਵਾਲੇ ਚਾਵਲ ਪਕਸਾ ਓ ਤੂੰ ਪਕਾਉਣੇ ਨੇ ਤੇਰੀ ਜ਼ਿੰਮੇਵਾਰੀ ਹੈ ਗੋਰਾ ਆਪਦੀ ਸਮਾਨੀ ਨੂੰ ਦੂਰ ਕਰ ਲੈ ਮੇਰੀ ਸਮਾਨੀ ਤੋਂ ਏ ਤੇਰੀ ਸਮਾਨੀ ਜਿਹੜੀ ਹੈ ਨਾ ਉਹ ਮਨਾਈ ਵਦੀ ਹੈ ਮੇਰੀ ਸਮਾਨੀ ਨੂੰ ਤੇਰੀ ਸਮਾਨੀ ਮੋੜ ਪੁੱਟੀਆਂ ਆਟਾ ਪਾ ਲੈਂਦੀ ਓ ਤੇਰੀ ਸਮਾਨੀ ਦੀ ਵਜ੍ਹਾ ਨਾਲ ਮੇਰੀ ਸਮਾਨੀ ਮੋੜ ਜਹਿਲ ਚ ਲੱਗੀ ਜਾਂਦੀ ਓ ਰੁਕੇਂਦਾ ਤੇ ਖਲਾ ਮੈਂ ਇਹਨੂੰ ਇਹਦਾ ਖੈੜਾ ਛੋੜ ਦੇ ਓ ਮੈਂ ਜਹਿਲ ਚ ਨਹੀਂ ਜਾਣੀ ਇਹ ਗੱਲ ਨਿੱਕੀ ਜੀ ਕਰੂੰ ਆ ਓ ਰਹਿ ਗਈ ਸਾਡੀ ਪੂਰੀ ਉਹ ਲੈਣ ਦੇ ਓ ਇਹ ਗੱਲਾਂ ਦੌੜੀਆਂ ਤੇ ਸਾਨੂੰ ਇਸ ਨੋਬਤ ਤੇ ਲੈ ਆਈਆਂ ਆ ਖੁਦਾ ਦਾ ਨਾ ਹੀ ਚੁੱਪ ਕਰ ਕਮਾਲ ਆਪਾਂ ਬਾਜ਼ਾਰ ਜਾਵਣਾ ਅਸਾਂ ਹਰ ਪੇੜ ਦੀ ਗੋਲੀ ਗੋਲੀ ਛਾਣ ਮਾਰਨੀ ਹੈ
ਭਾਗੇ ਸ਼ਰੀਕਾਂ ਨੂੰ ਪਤਾ ਲੱਗੇ ਵੀ ਅਸਾਂ ਜੇਲ੍ਹ ਵਿੱਚ ਛੁੱਟ ਕੇ ਆਈਆਂ ਬੈਠੇ ਤੇ ਲੋਕ ਸਾਡੇ ਕੋਲੋਂ ਡਰੇ ਨਾ घर आज इतने ना गल्ला कर नहीं था बात करनी है दो गल्ला फड़ो आज हारू थानेदार तेरा मामा लगता मैं जाल अजीब गल त्रै घंटे हो गए सानू कुत्ते तरह जलील होंदे बैठे तुहाडी दास्तान ही नहीं मुकदी पई नहीं मेरी भैन मैनू सारी समझ आ गई हुण अपन गल नहीं करन देंदे घरे चल के फोन तक कर सां ते हुण दफा कर चल ठीक है सही आंदी पई ओ सात साल जेल च कठियां रही हो त्रै घंटे इत्थे हो गए तुहाडी गल्लां नू अजे तुहाडी गल्लां नहीं मुकियां वे चाचा गल सुन मेरी समाणियां जिथे बाहर आवन उनां दी सारी जिंदगी नी गल्लां मुकदियां हां